ਤਬਲੀਗ ਵੀ ਹੈ ਤੇ ਇਸਾ ਜ਼ਮਾਨ ਦਾ ਇੱਕ ਗੱਲ ਵੀ ਯਾਦ ਆਈ ਸਰਕਾਰ ਨਹੀਂ ਕਿ ਮੁਖਤਸਰ ਦੀ ਕੈਸਰੇ ਨੂੰ ਰੋਮਣਾ ਬਾਦਸ਼ਾਹ ਆਣੇ ਉਸ ਕੀ ਸਰਾਹਨਾ ਦਰਦ ਹੋਣਾ ਸਾ ਬਹੁਤ ਜ਼ਿਆਦਾ ਹੈ। ਬੜੇ ਬੜੇ ਹਕੀਮਾਂ ਉਲਮਾ ਕੋਲ ਗਿਆ, ਉਸ ਦਾ ਕੋਈ ਇਲਾਜ ਨਹੀਂ ਹੋਇਆ ਤੇ ਉਸ ਹਜ਼ਰਤ ਅਲਫ ਬੇ ਕਾਵਰ ਮਲਾ ਬੰਦਰ ਇਹ ਸਾਰਾ ਨੂਰੇ ਅਰਫਾਨ ਅੱਲਾ ਦੀ ਸ਼ਾਨ ਕਰੀ ਸਮਿੰਦਾ ਨਬੀ ਦਾ ਨੂਰ ਕਰੀ ਪਰ ਬੜੇ ਅਹਿਸਾਨ ਕੀਤੇ
ਲੋ ਬਈ ਦੋਸਤੋ ਤੋ ਮਾਤਾ ਹੈ ਆਪਣੀ ਮਿਹਰਬਾਨੀ ਮੌਲਾ ਬੰਦੇ ਪਰ ਬੜੇ ਅਹਿਸਾਨ ਕੀਤੇ ਮੇਰੇ ਦੋਸਤੋ। ਇੱਕ ਮਾਂ ਕਿਤਨਾ ਪਿਆਰ ਕਰਨੀ ਤਾਂ ਅੱਲਾ ਪਾਕ 70 ਮਾਵਾਂ ਤੋਂ ਜ਼ਿਆਦਾ ਪਿਆਰ ਕਰਨਾ, ਉਹ ਨਹੀਂ ਕਹਿਣਾ ਕਿ ਮੇਰਾ ਬੰਦਾ ਦੋਜ਼ਖ ਵੀ ਜਾਏ। ਤੇ ਮੇਰੇ ਦੋਸਤੋ ਜਿਹੜਾ ਸਿੱਧਕੇ ਦਿਲ ਨਾਲ ਤੋਬਾ ਕੀਤੀ ਜਾਏ ਤਾਂ ਕਬੂਲ ਹੋ ਜਾਣੀ। ਅੱਜ ਭਰੀ ਬਜ਼ਮ ਵਿੱਚ ਅਗਰ ਅਸਾਂ ਸਾਰਿਆਂ ਦੋਸਤਾਂ ਨੇ ਦਿਲ ਵਿੱਚ ਤੋਬਾ ਕਰ ਲਈ ਹੈ ਤਾਂ ਸਾਡੀ ਵਿਗੜੀ ਬਣ ਸਕਣੀ ਸਦਕੇ ਨਬੀ ਨੇ। ਤਾਂ ਸਰਕਾਰ ਪ੍ਰਮਾਣਿਤ ਆਣੇ ਕਾਲੂ ਰੋਜ਼ ਪਚਾਇਆ ਕਰ ਤੂੰ
ਬੈਠੇ ਸੀ ਸਦਰਾ ਤਾਂ ਸਵਾਜੇ ਹੈ ਕੋਈ ਸ਼ੇਰ ਲਿਖੋ ਤਾਂ ਸਰਕਾਰ ਕੋਈ ਇਸ ਤਰ੍ਹਾਂ ਕਲਮਕਾਰੀ ਕੀਤੀ ਸਰਕਾਰ ਫਰਮਾਣੇ ਕਿ ਆਣੇ ਸੋਚਾ ਮੈਂ ਬੈਠ ਕੇ ਸੋਚਣਾ ਆ ਸੋਚਾ ਮੈਂ ਬੈਠ ਕੇ ਸੋਚਣਾ ਆ ਕਿਹੜਾ ਢੰਗ ਮਦੀਨੇ ਨੂੰ ਕਰੀ ਗੱਛਾ ਕਰਦਾ ਦਿਲ ਜੇ ਪੁੱਛਾਂ ਸਮੁੰਦਰਾਂ ਦੀ ਜੇ ਮਦੀਨੇ ਵੱਲ ਜਾਵੇ ਤਾਂ ਤਰੀ ਗੱਛਾ ਖਿਆਲ ਹੋਣਾ ਸ਼ਹਿਰ ਨਾ ਸਰਕਾਰ ਫਰਮਾਣੇ ਲਾਣੇ ਮੈਂ ਮਰਾਂ ਜਾਂ ਜੀਵਾਂ ਤੂੰ ਛੋੜ ਮੈਨੂੰ ਸਮੁੰਦਰਾ ਆਖਣੇ ਮੈਂ ਮਰਾਂ ਜਾਂ ਜੀਵਾਂ ਤੂੰ ਛੋੜ ਮੈਨੂੰ ਤੱਖਾਂ ਕੰਡਿਆਂ ਨਾਲ ਮੈਂ ਗੱਛਾ ਜਿਹੜੀਆਂ ਹੈਨ ਕਦੂਰਤਾਂ ਦਿਲ ਅੰਦਰ ਇਹ ਸਭ ਸਾਹਿਲ ਸਮੁੰਦਰ ਵਿੱਚ ਤਰੀ ਗੱਛਾ ਇਹ ਸਿਫਤਾਂ ਮੈਂ ਸੁਣਦਾ ਸਮੁੰਦਰਾਂ ਵਿੱਚ ਕਿਹੜੀਆਂ ਯਾ ਮੁਖਮਨ ਮਖਮਨ ਮੈਂ ਕਰੀ ਗੱਛਾ ਕਾਬਲੇ ਗੌਰ ਸਰਕਾਰ ਦੀ ਗੱਲ ਫਿਰ ਮਦੀਨਿਓਂ ਮੁੜਾ ਅਸੀਰ ਕੋਈ ਨਾ ਫਿਰ ਮਦੀਨਿਓਂ ਮੁੜਾ ਅਸੀਰ ਕੋਈ ਨਾ ਉਸੇ ਦਰ ਦੇ ਦੋਸਤੋ ਬਈ ਗੱਛਾ ਦੋਸਤੋ ਮੇਰੀ ਗੱਛਾਈ ਕੋਈ ਦਾ ਨਾ ਰੋ ਰੋ ਮੇਰੀ ਆਯਾਤੀ ਏ ਭੁੱਖ ਚੱਲੀ ਰੋ ਰੋ ਮੇਰੀ ਆਯਾਤੀ ਏ ਭੁੱਖ ਚੱਲੀ ਉਹ ਹੈ ਪੱਥਰ ਸਭ ਰੋ ਸ਼ਫਕਤ ਦੀ